shatva nraje bismillah rama nrahe सलवात पढ़ो अल्लामा मोहम्मद अल मोहम्मद फिर भी जूल पाक पढ़ो अल्लामा जड़े जड़े मोमिनीन बाहर ने तशरीफ लैवो ताकि बकायदा मजलिस जड़ी शुरू हो सके और जड़े छात्र ने भी थले लैवो मेहरबानी होवे जी ਦਰੂਦ ਪਾਕ ਅਲਾਮਾ ਸਲਾਲਾ ਮੁਹੰਮਦ ਵਾਲ ਮੁਹੰਮਦ ਨਾਰਾ ਹੈਦਰੀ ਨਾਰਾ ਹੈਦਰੀ ਆਲੇ ਬੈਦ ਦਿਆਂ ਦੁਸ਼ਮਣਾਂ ਤੇ ਲਾਨਤ ਫਿਰ ਵੀ ਆਲੇ ਬੈਦ ਦਿਆਂ ਦੁਸ਼ਮਣਾਂ ਤੇ ਲਾਨਤ أعوذ بالله من الشيطان الرجيم بسم الله الرحمن الرحيم الحمد لله رب العالمين والصلاة والسلام على سيد الأنبياء والمرسلين صلوات پڑھو پھر ایک بار صلوات پڑھ لو ਸਰਕਾਰ ਇਮਾਮ ਜ਼ਮਾਨਾ ਅਲੈਹ ਸਲਾਮ ਫਰਮਾਉਂਦੇ ਨੇ ਮੇਰਾ ਸਲਾਮ ਹੋਵੇ ਉਹ ਦਾਦੇ ਤੇ ਜਿਹੜਾ ਬੱਜਦੇ ਘੋੜੇ ਤੂੰ ਲੱਥਾ ਕਿਵੇਂ ਲੱਥਾ ਮੈਂ ਅਰਜ ਕਰਨਾ ਪਿਆ ਕਾਨੂੰਨ ਦੇ ਐਨ ਖਿਲਾਫ ਲੱਥਾ ਤੇ ਇਮਾਮ ਦਾ ਪੁੱਤਰ ਇਮਾਮੇ ਹਾਲੇ ਅਰਸ਼ ਗਏ
ਆਸਮਾਨ ਉੱਤੇ ਰੁਕ ਗਏ ਸਾਰੇ ਮੈਦਾਨ ਫੇ ਪੁੱਛ ਲਈਏ ਤਰੋਂ ਬਰ ਜਾਈਆਂ ਤੂੰ ਰੱਖ ਸਰ ਤੇ ਪਾ ਕੁਕੁਰਾਂ ਨੇ ਕਿੱਥੇ ਲੱਠਾ ਮਾਂ ਮੈਂ ਉਜੜੀ ਦਾ ਮੇਰੀ ਕੈਦ ਦਾ ਹੁਣ ਮਕਾਨ ਸੈਦ ਲੈ ਬੈਠਾ ਗੁਰਬਤ ਦੇ ਹੋ ਕੇ ਦਿੱਤੇ ਨੇ ਪਾਕ ਮਖਦੂਮਾ ਸੈਣੀ ਦੀ ਆਵਾਜ਼ ਆਈ ਹੈ ਤੇਰੇ ਪਹਿਲੇ ਹੋਕ ਗਰੀਬ ਨਾ ਸਾਡ ਤੇਰੀਆਂ ਬਹਿਣੀ ਦੇ ਤੇ ਬੋਂ ਦਰ ਗੁੰਗਬਰਾ ਗਏ ਤੇਰੇ ਪਹਿਲੇ ਹਲਾਕ ਤੇ ਮਾਦੀ ਕਬਾਰ ਹਲਾਕ ਤੇਰੀਆਂ ਤਬਣੀ ਅਜਾਦ ਰਹਿਣ ਮੇਰਾ ਵੀਰ ਤੂੰ ਨਾ ਗੁਬਰਾਏ ਜਿਹੜਾ ਦਿਲ ਆਦੇ ਉਹ ਹੁਕਮ ਚਾ ਕਰ ਖਰ ਵੈਸੀਆਂ ਬਰਾਏ ਦਰੂਦ ਪਾਕ ਪੜੋ ਅੱਲਾਹੁਮਾ ਸੱਲਿ ਅਲਾ ਮੁਹੰਮਦ ਵਾਲ ਮੁਹੰਮਦ ਕੋਈ ਨਹੀਂ ਜ਼ਾਕਰ ਸਾਹਿਬ ਨਹੀਂ ਤਸ਼ਰੀਫ ਲਿਆਉਂਦੇ ਪਤਾ ਨਹੀਂ ਉਹਨਾਂ ਨੇ ਆਖਰ 'ਤੇ ਪਹੁੰਚਣਾ ਫਿਰ ਠੀਕ ਹੈ ਅੱਲਾਹੁਮਾ ਸੱਲਿ ਅਲਾ ਮੁਹੰਮਦ ਵਾਲ ਮੁਹੰਮਦ ਸੁਭਾਨ ਖੜਾ ਮਿਨਾ ਕਾਤਲ ਦੀ ਤੇ ਅੱਬਾਸ ਦੀ ਬੈਣ ਦੇ ਬਾਲੇ ਹੱਥ ਚਾਗਨੋ ਅੱਲਾ ਰਾਸੀਆਂ ਦੇ ਥੈ ਗਏ ਨੇ ਰੁਖਸਾਰੇ ਲਾਲ ਦਿਨ ਲੈਣ ਦੀ ਲੈ ਕੇ ਸੁਬਾ ਤੋੜੀ ਖੜੇ ਆਰਾਮ ਦੇ ਨਾਲ ਆਪਣੇ ਆਪ ਕੋ ਆਬੇਨ ਸਾਡਾ ਮਾਂ ਦਾ ਮੁਲਾਨ ਮਾਲ ਸਲਵਾਰ ਪੜ ਲਓ ਅੱਲਾਹ ਮਾਂਦਾ ਪੈਨੋ ਹੈ ਜਵਾਨੀ ਅਲੀ ਕਾਸਮ ਦੀ ਜਡਾਂ ਲੈ ਪਏ ਵਿੱਚ ਸਾਰਾ ਦੇ ਅਜਾਂ ਸਾ ਕਾਸਮ ਦੇ ਬਾਕੀ ਨਾ ਦਿੱਤੀ ਗੋੜਿਆਂ ਸਲਾਏ
ਹੱਥ ਨੱਪ ਛੱਬੇ ਦਾ ਵਲ ਵਲ ਆਖੇ ਤੇ ਕਾਸਮ ਦੇ ਮਾ ਫਰਵਾਏ ਮੇਰੇ ਪੁੱਤਰ ਦੀ ਲਾਸ਼ ਲੁੱਟ ਪੈ ਗਈ ਏ ਕੋਈ ਲੱਗਦਾ ਚਾਰਾ ਲਾਏ। ਸ਼ੁਰੂਆਤ ਪੜ੍ਹੋ। ਮੁਹਤਾਜ ਦੁਆ ਮੌਲਾ ਪੰਜ ਤਨ ਪਾਕ ਦਾ ਸਦਕਾ ਇਹ ਜਿਹੜੀ ਰਾਤ ਗੁਜ਼ਰੀ ਹੈ ਜਿਤਨੇ ਮੋਮਨ ਬੱਚੇ ਵੱਡੇ ਭਰਾ ਜਿਨ੍ਹਾਂ ਜਿਨ੍ਹਾਂ ਨੇ ਇਸ ਅਸ਼ਰੇ ਦੇ ਵਿੱਚ ਆਜ਼ਾਦਾਰੀਆਂ ਪੇਸ਼ ਕੀਤੀਆਂ ਨੇ ਮੌਲਾ ਪੰਜ ਤਨ ਪਾਕ ਦਾ ਸਦਕਾ ਪਾਕ ਇਮਾਮ ਹੁਸੈਨ ਦੇ ਸਦਕੇ ਮੇਰਾ ਮੌਲਾ ਉਹਨਾਂ ਨੂੰ ਹਰ ਕਿਸਮ ਦੇ ਦੁੱਖਾਂ ਤਕਲੀਫਾਂ 'ਚ ਮਹਿਫੂਜ਼ ਫਰਮਾਏ। ਮੇਰਾ ਮੌਲਾ ਮਾਤਮੀ ਜਿਤਨੇ ਵੀ ਦੁਨੀਆ ਆਏ ਨੇ ਸਾਡੇ ਜਿਤਨੇ ਵੀ ਮਾਤਮੀ ਮੇਰਾ ਮੌਲਾ ਉਹਨਾਂ ਨੇ ਬੜੀ ਮਿਹਨਤ ਕੀਤੀ ਹੈ ਇਸ ਦਵਾ ਬੜਾ ਮਾਤਮ ਕੀਤਾ ਨੇ ਮੌਲਾ ਉਹਨਾਂ ਦੇ ਰਿਜ਼ਕ ਵਿੱਚ ਇੱਜ਼ਤ ਵਿੱਚ ਇਜ਼ਾਫਾ ਫਰਮਾ ਔਰ ਉਹਨਾਂ ਨੂੰ ਆਪਣੇ ਬਾਜ਼ੂਆਂ ਵਿੱਚ ਕੁਵਤ ਅਤਾ ਕਰ। ਆਲੇ ਮੁਹੰਮਦ ਦਾ ਸਦਕਾ ਜਿੱਤੀਆਂ ਮੇਰੀਆਂ ਮਾਵਾਂ ਭੈਣਾਂ ਦੀਆਂ ਨੇ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਲਿਆ ਮੌਲਾ ਉਹਨਾਂ ਨੂੰ ਜਜ਼ਾਏ ਖੈਰ ਦੇ ਉਹਨਾਂ ਦੀਆਂ ਦਿਲ ਦੀਆਂ ਸਰਤਾਂ ਪੂਰੀਆਂ ਫਰਮਾਏ ਜੋ ਜੋ ਵੀ ਉਹਨਾਂ ਦੀਆਂ ਆਸਾਂ ਉਮੀਦਾਂ ਨੇ ਮੌਲਾ ਪੰਜ ਦਿਨ ਪਾਕ ਦਾ ਸਦਕਾ ਉਹਨਾਂ ਦੀਆਂ ਮੌਲਾ ਆਸਾਂ ਉਮੀਦਾਂ ਪੂਰੀਆਂ ਫਰਮਾਏ। ਪਾਕ ਇਮਾਮ ਹੁਸੈਨ ਅਲੈਹ ਸਲਾਮ ਦੇ ਸਦਕੇ ਹਰ ਵਕਤ ਇਹ ਆਰਜ਼ੂ ਹੈ ਕਿ ਮੌਲਾ ਪੰਜ ਦਿਨ ਪਾਕ ਦੇ ਸਦਕੇ ਇਮਾਮ ਜ਼ਮਾਨਾ ਅਲੈਹ ਸਲਾਮ ਦਾ ਹਰ ਵਕਤ ਪਨਾਹ ਸਾਨੂੰ ਨਸੀਬ ਹੋਵੇ ਔਰ ਜਿਹੜਾ ਵੀ ਇਬਾਦਤ ਕਰੋ ਉਸ ਤੋਂ ਬਾਅਦ ਇਮਾਮ ਜ਼ਮਾਨਾ ਦੀ ਆਮਦ ਵਾਸਤੇ ਔਰ ਆਪਣੇ ਆਪ ਨੂੰ ਉਹਨਾਂ ਦੇ ਸਾਹਮਣੇ ਪੇਸ਼ ਕਰਨ ਵਾਸਤੇ ਹਰ ਵਕਤ ਆਰਜ਼ੂ ਹੋਣੀ ਚਾਹੀਦੀ ਕਿ ਅਸੀਂ ਇਸ ਲਾਇਕ ਹੋ ਜਾਈਏ। ਮੇਰਾ ਬਾਲਾ ਪੰਜ ਦਿਨ ਪਾਕ ਦਾ ਸਦਕਾ ਜਿਹੜੇ ਜ਼ਾਕਰੀਨ ਸਾਡੇ ਕੋਲ ਆ ਕੇ ਪੁਰਸਾ ਦਿੱਤਾ ਹੈ ਇਹਨਾਂ ਨੂੰ ਮੌਲਾ ਜਜ਼ਾਏ ਖੈਰ ਦੇ ਇਹਨਾਂ ਨੂੰ ਇਹਨਾਂ ਦੀ ਇਲਮ ਇਜ਼ਾਫਾ ਫਰਮਾਏ ਇਹਨਾਂ ਦੇ ਜ਼ਬਾਨ ਦੀ ਤਸੀਰ ਫਰਮਾਏ ਔਰ ਇਹ ਸਾਡੇ ਤੀ ਚਲੇ ਜਾ ਰਹੇ ਨੇ ਹੁਣ ਆਖਰੀ ਗੱਲ ਮੈਂ ਮੇਰਾ ਮੌਲਾ ਹਾਜ਼ਰ ਨਾਜ਼ਰ ਸਮਝ ਕੇ ਮੈਂ ਆਉਂਦਾ ਪਰ ਸਾਡੇ ਕੋਈ ਗਲਤੀ ਕੋਈ ਕੁਟਾਈ ਕੋਈ ਜੁਰਮ ਹੋ ਗਿਆ ਬਾ ਖੁਦਾ ਮੋਮਨੀਨ ਦੇ ਅੱਗੇ ਵੀ ਗੁਜ਼ਾਰਿਸ਼ ਹੈ ਮੇਰੇ ਆਪਣੇ ਭਰਾ ਜਿਤਨੇ ਵੀ ਆਏ ਨੇ ਪਿੰਡ ਦੇ ਲੋਕ ਜਿਹੜੇ ਨੇ ਉਹਨਾਂ ਵਾਸਤੇ ਉਹਨਾਂ ਕੋਲ ਮੈਂ ਮਾਫ਼ੀ ਮੰਗਣਾ ਜਿਹੜਾ ਵੀ ਜੁਰਮ ਖਤਾ ਸਮੇਂ ਦੇਣੇ ਵਾ ਸਾਡੇ ਕੋਲ ਹੋ ਗਿਆ ਸਾਨੂੰ ਵੀ ਪਤਾ ਕਿਸੇ ਨਾਲ ਜਾਤੀ ਨਹੀਂ ਕੀਤੀ ਹੈ ਮੌਲਾ ਪੰਜ ਚੰਦ ਸਾ ਪਾਕ ਦੇ ਸਦਕੇ ਸਾਨੂੰ ਮਾਫ਼ ਫਰਮਾਏ। ਆਖਰੀ ਗੁਜ਼ਾਰਿਸ਼ ਤਾਂ ਮੇਰੇ ਵਾਲਦੈਨ ਮਰਹੂਮੀਨ ਨੇ ਇਹ ਕਾਫ਼ੀ ਕੋਸ਼ਿਸ਼ ਕੀਤੀ ਹੈ ਜਿਸ ਨੂੰ ਅੱਜ ਅਸੀਂ ਨਿਭਾਉਂਦੇ ਹਾਂ ਪਏ ਪਹਿਲਾਂ ਤਾਂ ਆਲੇ ਮੁਹੰਮਦ ਦਾ ਸਦਕਾ ਕਿ ਉਹਨਾਂ ਨੇ ਸਾਨੂੰ ਇਹ ਅਤਾ ਕੀਤੀ ਹੈ ਉਹ ਜਿਹੜਾ ਉਹਨਾਂ ਦਾ ਜ਼ਿਕਰ ਕਰਾਉਂਦੇ ਹਾਂ ਪਏ ਫਿਰ ਵਾਲਦੈਨ ਦਾ ਵੀ ਸ਼ੁਕਰੀਆ ਔਰ ਜਿਤਨੇ ਸਾਡੇ ਨਾਲ ਤੁਆਮਨ ਕਰਦੇ ਰਹੇ ਨੇ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹੋਇਆ ਉਹਨਾਂ ਵਾਸਤੇ ਦੁਆ ਮੰਗਣਾ ਮੇਰਾ ਮੌਲਾ ਉਹਨਾਂ ਨੂੰ ਜੰਨਤ ਅਲ ਫਰਦੋਸ ਵਿੱਚ ਆਲਾ ਮਕਾਮ ਨਸੀਬ ਫਰਮਾਏ ਔਰ ਉਹਨਾਂ ਦੇ ਦਰਜਾਤ ਬੁਲੰਦ ਫਰਮਾਏ ਉਹਨਾਂ ਦੀਆਂ ਕੋਈ ਗਲਤੀਆਂ ਕੁਟਾਈਆਂ ਹੋ ਗਈਆਂ ਨੇ ਤਾਂ ਮਾਫ਼ ਕਰ ਦੇ। ਸਲਵਾਤ ਪੜ੍ਹ ਲਓ ਤਾਂ ਕਿ ਸਾਰੀਆਂ ਦੁਆਵਾਂ ਕਬੂਲ ਮਨਜ਼ੂਰ ਹੋ ਜਾਣ। ਅੱਲਾਹੁਮਾ
صلی اللہ محمد وآل محمد آؤ جی بسم اللہ ਲੇਟ ਕਰ ਛੱਡਿਆ ਜੀ ਮੈਂ ਗੁਜ਼ਾਕਰਾਂ ਨਾਲ ਖਲੋ ਕੇ ਪੜ੍ਹ ਸਕਣਾ ਤੂੰ ਮੈਂ ਆਖਿਆ ਅੱਜ ਉਹ ਟਾਈਮ ਹੋ ਗਿਆ ਕਿਹੜਾ ਟਾਈਮ ਹੁਣ ਕਿਹੜਾ ਟਾਈਮ ਉਹ ਆ ਜਾਂਦਾ ਉਹਨੇ ਤੱਕ ਪਹੁੰਚ ਜਾ ਆਪਣੇ ਸਿਰ ਪਾ ਲਓ ਉਹਨੂੰ ਆ ਜਾਣ ਦੇ ਅੱਛਾ ਚਲੋ ਇਹ ਅਡਾਵੀਂ ਦੀ ਰਾਤ ਹੈ ਇਮਾਮ ਹੁਸੈਨ ਬਾਦਸ਼ਾਹ ਕਹਿ ਮੇਲੇ ਭੇਣ ਦੇ ਖੈਮੇ ਵਹਿੰਦੇ ਨੇ ਕਹਿ ਮੇਲੇ ਧੀ ਦੇ ਖੈਮੇ ਵਹਿੰਦੇ ਨੇ ਮੈਂ ਕੋ ਮਿੰਬਰ ਦੀ ਇੱਜ਼ਤ ਦੀ ਕਸਮ ਹੈ ਭੇਣ ਦੇ ਖੈਮੇ ਵਹਿੰਦੇ ਨੇ ਭੇਣ ਆਦੀ ਮੇਰੇ ਸਾਹਮਣੇ ਬਹਿ ਮੈਂ ਤੇ ਕੋ ਡੇਧੀ ਰਹਾਂ ਤੈਕੂ ਤਾਂ ਪਤਾ ਮੈਂ ਤੇਰੇ ਚਿਹਰੇ ਦੀ ਆਸ਼ਕ ਭੇਣ ਆ ਹੁਸੈਨ ਬਾਦਸ਼ਾਹ ਧੀ ਦੇ ਖੈਮੇ ਦੇ ਅੰਦਰ ਰਹਿਣ ਕਿਆ ਡਿੱਠਾ ਨੇ ਧੀ ਮਿੱਟੀ 'ਤੇ ਸੁੱਤੀ ਪਈ ਹੈ ਮੈਂ ਕੋ ਮਿੰਬਰ ਦੀ ਇੱਜ਼ਤ ਦੀ ਕਸਮ ਹੈ ਜਿਵੇਂ ਵੇਲੇ ਇਮਾਮ ਹੁਸੈਨ ਬਾਦਸ਼ਾਹ ਧੀ ਦੇ ਪਾਸੇ ਡਿੱਠੇ ਨਾ ਧੀ ਦੀ ਜਾਗ ਖੁੱਲ ਗਈ ਹੈ ਆਧਨ ਮੇਰੀ ਸਕੀਨਾ ਧੀ ਮੇਰੀ ਸੀਨੇ ਦੀ ਠੰਡਕ ਧੀ ਮੈਂ ਕੁ ਦਸਾ ਸਕਦੀ ਹਾਂ ਤੇ ਕੋ ਨੀਂਦ ਕਿਉਂ ਨਹੀਂ ਆਉਂਦੀ ਉਸ ਵੇਲੇ ਹੁਸੈਨ ਬਾਦਸ਼ਾਹ ਦੀ ਧੀ ਰੋ ਕੇ ਆਦੀ ਬਾਬਾ ਹੁਣੇ ਮੈਂ ਸੁੱਤੀ ਹਾਂ ਮੈਂ ਆਲਮ ਖਾਬ ਦੇ ਵਿੱਚ ਡਿੱਠਾ ਹੈ ਕੋਈ ਖੂਨ ਦਾ ਦਰਿਆ ਆਏ ਹਾਏ ਕੋਈ ਖੂਨ ਦਾ ਦਰਿਆ ਆਏ ਜਿਹਦੇ ਵਿੱਚ ਮੈਂ ਕੋ ਲਾਸ਼ਾਂ ਤਰਦੀਆਂ ਨਜ਼ਰ ਆਉਂਦੀਆਂ ਕਿਨਹੋਂ ਮੈਂ ਕੋ ਅਕਬਰ ਬਿਰਾ ਨਜ਼ਰ ਆਉਂਦਾ ਹੈ ਕਿਨਹੋਂ ਮੈਂ ਕੋ ਕਾਸਿਮ ਦਾ ਗਾਣਾ ਨਜ਼ਰ ਆਉਂਦਾ ਹੈ ਕਿਨਹੋਂ ਮੈਂ ਕੋ ਬਾਬਾ ਤੂੰ ਨਜ਼ਰ ਆਉਂਦਾ ਹੈ ਮੈਂ ਕਿਵੇਂ ਸਮਾਂ ਉਸ ਵੇਲੇ ਹੁਸੈਨ ਬਾਦਸ਼ਾਹ ਧੀ ਦਾ ਸਵਰ ਚੁੰਮ ਕੇ ਜਿਹੜੀ ਗੱਲ ਕੀਤੀ ਆਕੋ ਤਾਂ ਸੁਣਵਾਵਾਂ ਚਾ ਸੈਯਦਾ ਦਾ ਢਲ ਰਾਤ ਪਈ ਹੁਣ ਸੰਪੋ ਬਚਲੀ ਮੇਰੀ ਧੀ ਕਮਸਨ ਮਾਸੂਮਾ ਇਕਲਾ ਜ਼ਦਾ ਮਹਿਮਾਨ ਖੜਾ ਹੀ ਵੀ ਹਾਜ਼ਰ ਪਿਓ ਪਿਓ ਦਾਸੀ ਨਾ ਢਲ ਰਾਤ ਪਈ ਹੁਣ ਸੰਪੋ ਬਚੜੀ ਮੇਰੀ ਧੀ ਕਮਸਨ ਮਾਸੂਮਾ ਇਕਲਾ ਜ਼ਦਾ ਮਹਿਮਾਨ ਖਣਾ ਵੀ ਹਾਜ਼ਰ ਪਿਓ ਪਿਓ ਦਾਸੀ ਨਾ
ਢਲ ਰਾਤ ਪਈ ਹੁਣ ਸੰਪੋ ਬਚੜੀ ਮੜੀ ਧੀ ਕਮਸਨ ਮਾਸੂਮਾ ਇਕਲਾ ਜ਼ਦਾ ਮਹਿਮਾਨ ਖਣਾਈ ਵੀ ਹਾਜ਼ਰ ਪਿਓ ਪਿਓ ਦਾਸੀ ਬਿਸਮਿਲਾ ਕਰਾਂ ਮੈਂ ਨਾ ਕਰਾਂ ਵੀਰਣ ਬਿਸਮਿਲਾ ਕਰਾਂ ਢਲ ਰਾਤ ਪਈ ਹੁਣ ਸੰਪੋ ਬਚੜੀ ਮੜੀ ਧੀ ਕਮਸਨ ਮਾਸੂਮਾ ਇਕ ਲਹਜ਼ਦਾ ਮਹਿਮਾਨ ਖਣਾਈ ਵੀ ਹਾਜ਼ਰ ਪਿਓ ਪਿਓ ਦਾਸੀ ਮਦੀਨਾ ਹੋ ਕਲ ਜ਼ੁਹਰ ਵੇਲੇ ਤੇਰੇ ਦੁਰਲਾ ਸਿੰਡੇ ਸੀ ਝਿਣਕਾ ਸ਼ਮੇਰ ਹਾਏ ਬਿਸਮਿਲਾ ਕਰਾਂ ਮੈਂ ਨਾ ਕਰਾਂ ਸ਼ਹਿਰ ਮਦੀਨਾ ਹੋ ਕਲ ਜ਼ੁਹਰ ਵੇਲੇ ਤੇਰੇ ਦੁਰਲਾ ਸਿੰਡੇ ਸੀ ਝਿਣਕਾ ਸ਼ਮੇਰ ਬਿਸਮਿਲਾ ਕਰਾਂ ਜ਼ਿੰਦਗੀ ਦਾ ਰਾਜ਼ ਹੋਵੇ ਇਹਨੂੰ ਹੁਸੈਨ ਬਾਦਸ਼ਾਹ ਟੁਰਦਾ ਧੀ ਦਾ ਆਖਰੀ ਸਲਾਮ ਕਰਕੇ ਅਕਬਰ ਦੇ ਕੋਲ ਆ ਖੜਿਆ ਦੇ ਅਕਬਰ ਮੈਂ ਕੋ ਜ਼ਿੰਦਗੀ ਦੀ ਆਖਰੀ ਅਜ਼ਾਨ ਸੁਣਾ ਅਕਬਰ ਦੇ ਬਾਬਾ ਮੈਂ ਅਜ਼ਾਨ ਦੇਵਾਂ ਮੇਰੀ ਅਜ਼ਾਨ ਕੌਣ ਸੁਣਸੀ ਹੁਸੈਨ ਦੇ ਅਕਬਰ ਮੇਰੀਆਂ ਭੈਣੀ ਸੁਣ ਸੈਨ ਸੈਦ ਤੇਰੀਆਂ ਭੈਣੀ ਕੋ ਅਜ਼ਾਨ ਸੁਣਾਵਾ ਮੇਰੀ ਤਾਂ ਭੈਣ ਮਦੀਨੇ ਰਹਿ ਗਈ ਹੈ ਮੇਰੀ ਤਾਂ ਭੈਣ ਮਦੀਨੇ ਰਹਿ ਗਈ ਹੈ ਮਿੰਬਰ ਦੀ ਇੱਜ਼ਤ ਇੱਕ ਸਮੇਂ ਇੱਥੇ ਬਜ਼ੁਰਗ ਮੁਕੱਦਮੀਨ ਜ਼ਾਕਰ ਵੈਣ ਪੜਦੇ ਰਹਿੰਦੇ ਹੁਸੈਨ ਟੁਰਦਾ ਅਕਬਰ ਦੇ ਕੋਲ ਖੜਿਆ ਦੇ ਅਕਬਰ ਮੈਂ ਤੇਰੇ ਨਾਲ ਵਾਦਾ ਪਿਆ ਕਰੇ ਨਾ ਤੁਡੇ ਅਜ਼ਾਨ ਤੇਰੀ ਅਜ਼ਾਨ ਦੀ ਆਵਾਜ਼ ਤੇਰੀ ਭੈਣ ਮਦੀਨੇ ਜ਼ਰੂਰ ਸੁਣ ਸੀ ਮਿੰਬਰ ਦੀ ਇੱਜ਼ਤ ਕਸਮੇ ਅਲੀ ਅਕਬਰ ਬਾਦਸ਼ਾਹ ਗੁਲਦਸਤ ਅਜ਼ਾਨ ਤੇ ਆਏ ਅਲੀ ਅਕਬਰ ਨੇ ਆਖਿਆ ਲਾ ਅਕਬਰ ਜਿਵੇਂ ਜੋ ਬਿਮਾਰ ਮਿੱਟੀ ਤੇ ਸੁੱਤੀ ਪਈ ਆਈ ਉੱਠੀ ਬੈਠੀ ਐ ਸੱਜੇ ਖੱਬੇ ਹੱਥ ਮਾਰ ਕੇ ਆ ਜੇ ਨਾਨੀ ਡਾਡੀ ਮੈਨੂੰ ਲੱਗਦਾ ਮੇਰਾ ਅਕਬਰ ਫਿਰਾ ਵਾਲਾ ਹੈ ਹਾਏ
ਨਾਨੀ ਡਾਡੀ ਮੈਨੂੰ ਲੱਗਦਾ ਮੇਰਾ ਅਕਬਰ ਫਿਰਾ ਵਾਲਾ ਹੈ, ਬੀਬੀ ਅੱਜ ਸੁਗਰਾ ਤਾਂ ਗੱਲਾਂ ਜਿਹੜੇ ਟੁਰ ਵੰਜਨ ਕਦਾ ਨਹੀਂ ਵੱਲਦੇ। ਅੱਜ ਨਾਨੀ ਡਾਡੀ ਮੈਨੂੰ ਇਜਾਜ਼ਤ ਦੇ, ਮੈਂ ਨਾਨੇ ਦੀ ਜ਼ਰੀ ਤਵਣ ਕਰੇ ਦੀਆਂ, ਮੈਂ ਤਾਂ ਮੇਰਾ ਸੋਹਣਾ ਫਿਰਾ ਨਾਨੇ ਦੀ ਜ਼ਰੀ ਤੇ ਆਇਆ ਖੜਾ ਹੋਵੇ। ਮੈਨੂੰ ਅਲਮ ਦੀ ਇੱਜ਼ਤ ਇੱਕ ਸਮੇਂ ਜੈ ਵੇਲੇ ਅਲੀ ਅਕਬਰ ਬਾਦਸ਼ਾਹ ਮੇਰੀ ਸਹਿਣ ਤੇਰਾ ਆਪਣਾ ਨਸੀਬ, ਅਕਬਰ ਦਾ ਆਪਣਾ ਨਸੀਬ। ਜੈ ਵੇਲੇ ਹੁਸੈਨ ਬਾਦਸ਼ਾਹ ਦੀ 7 ਸਾਲਾਂ ਦੀ ਜ਼ਈਫਾ ਦੀ ਨਾਨੇ ਦੀ ਜ਼ਰੀ ਤੇ ਆਈਏ, ਉਸ ਵੇਲੇ ਅਲੀ ਅਕਬਰ ਪਿਆਦਾ ਸ਼ਾਹਦੋਨਾ ਮੁਹੰਮਦ ਰਸੂਲੁੱਲਾ ਮਿੰਬਰ ਦੀ ਇੱਜ਼ਤ ਕੇ ਸਮੇਂ ਕਈ ਵੇਲੇ ਸਜੇ ਡਿਠੈਸ ਖੱਬੇ ਡਿਠੈਸ ਅਕਬਰ ਨਜ਼ਰ ਨਿਸਾਇਆ ਵਤਨਾ ਨੇ ਦੀ ਜ਼ਰੀ ਦੇ ਪਾਸ ਦੇ ਕੇ ਰੋ ਰੋ ਕੇ ਖੜੀਆ ਦੇ ਦੱਸ ਨਾਨਾ ਕਿਹੜੀ ਨਗਰੀ ਵਿੱਚ ਖੜਾ ਦੇ ਦਾ ਵੀਰ ਵੀਰ ਅਜ਼ਾਂ ਦੱਸ ਨਾਨਾ ਕਿਹੜੀ ਹਵ ਨਗਰੀ ਵਿੱਚ ਖੜਾ ਦੇਂਦਾ ਵੀਰ ਵੀਰ ਅਜ਼ਾ। ਉਹ ਮੈਂ ਵਸਤਾ ਲਾਇਆ ਮੈਨੂੰ ਨਜ਼ਰ ਨਹੀਂ ਆਇਆ ਮੇਰਾ ਸੋਹਣਾ ਵੀਰ ਵੀਰ ਜਮਾ ਬੀਬੀ ਅੱਜ ਛਲ ਖੈਰ ਹੋਵੇ ਮਨ ਅਕਬਰ ਦੀ ਗੱਲ ਤੂੰ ਦਿਲ ਦਿਲ ਪਰੇਸ਼ਾਨ ਇਵੇਂ ਲੱਗਦਾ ਵੀਰ ਦੇ ਹੈ ਲਹਿਜੇ ਬਿਸਮਿਲਾ ਕਰਾਂ ਸੋਹਣਾ ਵੀਰ ਜ਼ਿੰਦਗੀ ਹੋਵੇ ਭੈਣਾਂ ਨੂੰ ਨਸੀਬ ਹੋਵੇ ਛਲ ਖੈਰ ਹੋਵੇ ਮਨ ਅਕਬਰ ਦੀ ਗੱਲ ਤੂੰ ਦਿਲ ਦਿਲ ਪਰੇਸ਼ਾਨ ਓਵੇਂ ਲੱਗਦਾ ਵੀਰ ਦਲ ਜੇ ਤੂੰ ਜਿਵੇਂ ਲਾ ਦੇਦਾ ਮਿੰਬਰ ਦੀ ਇੱਜ਼ਤ ਕਸਮੇ ਹੁਸੈਨ ਬਾਦਸ਼ਾਹ ਦੀ 7 ਸਾਲਾਂ ਦੀ ਜ਼ਈਫ ਨਾਨੇ ਦੀ ਕਬਰ ਨਾਲ ਸਮ ਗਈ ਹੈ, ਨਾਨੇ ਦੀ ਕਬਰ ਕੁਣ ਅੱਲਾ ਲਾ ਕੇ ਕਰਬਲਾ ਦੀ 7 ਸਾਲਾਂ ਦੀ ਜ਼ਈਫਾ ਮੈਨੂੰ ਮਿੰਬਰ ਦੀ ਇੱਜ਼ਤ ਕਸਮੇ ਕਬਰ ਕੁ ਗੱਲ ਨਾ ਲਾ ਕੇ ਰੋ ਰੋ ਕੇ ਪਿਆ ਜੇ ਤਾਂ ਤੱਪਿਆ ਪੜਦਾ ਗੱਲ ਲਾ ਕੇ ਕਬਰ ਪੈਗੰਬਰ ਕੋ ਆਖ ਰੁੱਲੀ ਹੋਈ ਹਿਜੈਰ ਹਿਜੈਰ ਫਿਰਾ ਦੀ ਹਾਏ ਹੇ ਰਾਤ ਨਵੀਂ ਦੀ ਧਮਣ ਉਤੇ ਪਈ ਥੀਂ ਦੀ ਫਜੈਰ ਫਜੈਰ
ਆਇਆ ਜੇ ਮੈਂ ਕੁਦਸ ਸੁਲਤਾਨ ਨਬੀ ਆਦਾ ਆਇਆ ਸੁਣ ਕੇ ਮੈਂ ਫਰਿਆਦ ਬਿਸਮਿਲ੍ਲਾ ਕਰ ਬੀਬੀਆ ਦੇ ਅਕਬਰ ਦੀ ਆਜ਼ਾਨ ਹੈ ਨਾਨਾ ਆਇਆ ਮੌਤ ਦੀ ਆਮ ਆਮ ਮਨਾ ਦੇ ਮੇਰੀ ਦੀ ਪਰੇਸ਼ਾਨ ਨਾ ਹੋ ਤੇ ਵੀਰ ਜੰਗ ਤੂੰ ਉਹ ਪਿਆ ਹੁਣ ਯਾਦ ਆਇਆ ਅੱਜ ਫਜਰ ਕੁਛਾ ਹਾਏ ਦੀ ਥਈ ਉਹ ਲੱਖ ਸ਼ੁਕਰ ਰਸਾਮ ਰਸਾਮ ਕੋਈ ਬਈ ਬਿਸਮਿਲ੍ਲਾ ਕਰਾਂ ਬਾਬਾ ਮੈਂ ਨੌਕਰਾਂ ਜ਼ਿੰਦਗੀ ਹੋਵੀ ਬਿਸਮਿਲ੍ਲਾ ਕਰਾਂ ਤੂੰ ਜਿਵੇਂ ਤੇਰੇ ਪੁੱਤਰ ਬਿਰਾ ਜਿਵੇਂ ਬਿਸਮਿਲ੍ਲਾ ਕਰਾਂ ਤੇਰੇ ਵੀਰ ਦੀ ਜੰਗ ਤੂੰ ਪਿਆ ਹੁਣ ਯਾਦ ਅੱਜ ਫਜਰ ਕੁਛਾ ਸ਼ਾਦੀ ਥਈ ਸ਼ੁਕਰ ਥਿਆ ਨਮ ਨਾਲ ਗਈ ਉਹ ਮੁਲਕ ਦੀ ਰਸਾਮ ਰਸਾਮ ਕੋਈ ਬਈ ਨਬੀਆ ਦੇ ਉਹ ਨਗਰੀਆ ਦੁਸ਼ਮਣ ਬਣ ਰਿਆ ਦੀ ਉੱਥਾਂ ਜ਼ੁਲਾਮ ਦੀ ਹੱਦ ਹੱਦ ਮੁੱਕ ਗਈ ਦਾਦਾ ਪੱਲੂ ਬੰਨਣ ਦਿੱਤਾ ਗਾ ਹੈ ਲਹਾ ਸੁਗਰਾ ਤੇਰੀ ਆਸ ਖਤਮ ਖਤਮ ਥੀ ਗਈ ਅੱਲਾ ਲਾਨਤੁਲਾਹ ਅਲਾ ਕੌਮ ਜ਼ਾਲਿਮੀਨ ਹੁਸੈਨ ਰੁਨੈ ਮੈਂ ਕੁ ਮਿੰਬਰ ਦੀ ਇੱਜ਼ਤ ਦੀ ਕਸਮ ਹੈ ਇੱਥੇ ਅਗਰ ਆਖੋ ਤਾਂ ਇੱਕ ਬਜ਼ੁਰਗਾਂ ਦਾ ਨੋਹਾ ਸੁਣਵਾਵਾਂ ਚਾ ਉੱਠੀ ਆਓ ਉਸ ਵੇਲੇ ਮੇਰੀ ਸੈਣ ਦਾ ਮੂੰਹ ਇਵੇਂ ਕਰਬਲਾ ਵਾਲੇ ਪਾਸੇ ਫਿਰੇ ਕਰਬਲਾ ਵਾਲੇ ਪਾਸੇ ਫਿਰੇ ਹੱਕਲ ਮਾਰ ਕੇ ਆ ਦੇ ਅਕਬਰ ਮੇਰੇ ਦੇਖ ਮੈਂ ਤੇਰੇ ਰਾਵ ਦੀ ਭਲੈਂਦੀਆਂ ਮੈਂ ਤੇਰੇ ਰਾਵ ਦੀ ਭਲੈਂਦੀਆਂ ਇੱਥੇ ਮੰਜ਼ਰ ਮਿੰਬਰ ਦੀ ਇੱਜ਼ਤ ਕਸਮ ਹੈ ਉੱਥੇ ਕਰਬਲਾ ਦੇ ਮੈਦਾਨ ਦਾ ਕਿਹੜਾ ਮੰਜ਼ਰ ਹੈ ਹੁਸੈਨ ਬਾਦਸ਼ਾਹ ਦੀ ਜ਼ਖਮੀ ਕਨਾਲੀ ਦੀ ਹੁਸੈਨ ਦੇ ਸੀਨੇ ਦੀ ਤਸਕੀਨ ਬਚੜਾ ਰੋ ਰੋ ਕੇ ਵਧੀਆ ਦੇ ਵਨੇ ਕੋਈ ਮਦੀਨੇ ਵਨੇ ਕੋਈ ਮਦੀਨੇ ਵਨੇ ਕੋਈ ਮਦੀਨੇ ਸੁਗਰਾ ਕੁਆ ਕੇ ਸੁਗਰਾ ਕੁਆ ਕੇ ਅਕਬਰ ਦੇ ਆਵਣ ਦਤਾਂਗਾ
ਅਕਬਰ ਦੇ ਆਵਣ ਦੇ ਤਾਂਗਾ ਲਾਚਾ ਹੁਸੈਨ ਬਾਦਸ਼ਾਹ ਦੀ ਧੀ ਕਈ ਵੇਲੇ ਕਈ ਖੈਮੇ ਚਵੈਂਦੀ ਹੈ ਕਈ ਵੇਲੇ ਕਈ ਖੈਮੇ ਚਵੈਂਦੀ ਹੈ ਮਿੰਬਰ ਦੀ ਇੱਜ਼ਤ ਕਸਮੇ ਰੋ ਰੋ ਕੇ ਵਧੀਆ ਦੇ ਮਕਾਲੇ ਕੱਪੜੇ ਮਕਾਲੇ ਕੱਪੜੇ ਮਕਾਲੇ ਕੱਪੜੇ ਮਹਿਕੂ ਪਵਾ ਚਾ ਮਹਿਕੂ ਪਵਾ ਚਾ ਮੇਰਾ ਵੀਰ ਮਰ ਗਏ ਮੇਰੇ ਦੁਰਲਾ ਚਾ ਮੇਰਾ ਵੀਰ ਮਰ ਗਏ ਮੇਰੇ ਦੁਰਲਾ ਚਾ ਮਾਤਮ ਹੁਸੈਨ فتنة للقوم الظالمين ونجنا برحمتك من الكافرين بسم الله الرحمن الرحيم إنا لله وإنا إليه راجعون دیر مکان ہو گئی سونی مکان ہو گئی چلو ਇੱਕ ਦੋ ਸਤਰ ਲੰਬਾ ਨਹੀਂ ਇੱਕ ਦੋ ਬਹਿਣ ਮੈਂ ਆਪਣੇ ਹਿੱਸੇ ਦਾ ਕਰ ਜਾਵਾਂ ਜ਼ਿੰਦਗੀ ਬਾਕੀ ਮੁਲਾਕਾਤ ਬਾਕੀ ਅਕਬਰ ਤੁਝੇ ਕਰਬਲ ਕੀ ਸਹਿਰ ਢੂੰਡ ਰਹੀ ਹੈ ਜਿਹੜੇ ਮਾਤਮੀ ਆਏ ਬੈਠੇ ਹੋ ਬਈ ਹੱਥ ਪਿਆਰਾ ਨਹੀਂ ਕਰਨਾ ਅਕਬਰ ਤੁਝੇ ਕਰਬਲ ਕੀ ਸਹਿਰ ਢੂੰਡ ਰਹੀ ਹੈ ਤੁਝ ਜੈਸੇ ਮੁਅੱਜ਼ਨ ਕੋ ਫਜਰ ਢੂੰਡ ਰਹੀ ਹੈ ਮੈਂ ਬਿਸਮਿਲ੍ਲਾ ਕਰਾਂ ਮੈਂ ਬਿਸਮਿਲ੍ਲਾ ਕਰਾਂ ਅਕਬਰ ਤੁਝੇ ਕਰਬਲ ਕੀ ਸਹਿਰ ਢੂੰਡ ਰਹੀ ਹੈ ਔਰ ਤੁਝ ਜੈਸੇ ਮੁਅੱਜ਼ਨ ਕੋ ਫਜਰ ਢੂੰਡ ਰਹੀ ਹੈ ਐ ਲਾਲ ਜ਼ਰਾ ਦੇਖ ਕੇ ਮੈਦਾਨ ਮੇਂ ਜਾਨਾ ਬਰਛੀ ਤੇਰਾ ਮਕਤਲ ਮੇਂ ਜਿਗਰ ਢੂੰਡ ਰਹੀ ਮੈਂ ਸਦਕੇ ਐ ਲਾਲ ਜ਼ਰਾ ਦੇਖ ਕੇ ਮੈਦਾਨ ਮੇਂ ਜਾਨਾ ਬਰਛੀ ਤੇਰਾ ਮਕਤਲ ਮੇਂ ਜਿਗਰ ਢੂੰਡ ਰਹੀ ਹੈ ਚਲੋ ਸ਼ਹਾਦਤ ਸ਼ਹਜ਼ਾਦੇ ਦੀ ਮੇਰੇ ਵੀਰ ਨੇ ਪੜ੍ਹੀ ਅੱਜ ਦੀ ਰਾਤ ਸਾਦਾਤ ਦੀ ਆਖਰੀ ਰਾਤ ਕਰਬਲਾ ਵਾਲਿਆਂ ਦੀ ਸ਼ਹਦਾ ਦੀ ਆਖਰੀ ਰਾਤ ਏ ਇਸ ਰਾਤ ਦੇ ਹਵਾਲੇ ਨਾਲ ਇੱਕ ਵਹਿਣ ਕਰਕੇ ਅਤੇ ਫਿਰ ਮੈਂ ਸ਼ਹਜ਼ਾਦੇ ਦੀ ਸ਼ਹਾਦਤ ਦਾ ਇੱਕ ਵੈਨ ਕਰਾਂ ਇਜਾਜ਼ਤ ਹੈ ਜੀ ਕਿਉਂ ਰੋਣ ਨਾਲ ਮਕਸਦ ਏ ਇਹ ਖਾਨਦਾਨ ਇੰਝ ਦਾ ਲੁੱਟਿਆ ਹੈ ਲੋਕਾਂ ਕਿ ਇਹਨਾਂ ਦੇ ਮੁਸਾਇਬ ਮੁੱਕਦੇ ਹੀ ਨਹੀਂ ਇੰਤਜ਼ਾਰ ਨਹੀਂ ਬਾਈ ਇੰਤਜ਼ਾਰ ਨਾ ਕਰਾਵਾਂ ਅੱਜ 9 ਮੁਹਰਮ ਦਾ ਦਿਨ ਗੁਜ਼ਰ ਗਿਆ ਨਾ ਇਹ ਰਾਤ 10ਵੀਂ ਦੀ ਰਾਤ ਏ ਇਸ ਰਾਤ ਦੇ ਹਵਾਲੇ ਨਾਲ ਦੋ ਵਹਿਣ ਬਜ਼ੁਰਗਾਂ ਦੇ ਪੁਰਾਣੇ ਬਜ਼ੁਰਗ ਜਿਹੜੇ ਮੁਸੱਲੇ 'ਤੇ ਬਹਿ ਕੇ ਜ਼ਾਕਰੀ ਕਰ ਗਏ ਵਾਦਿਆਂ ਡੀਨਾ ਵੀਂਦਾ ਹੈ ਵੋ ਗੁਜ਼ਰ ਗਿਆ ਉੱਤੋਂ ਰਾਤ ਡਵੀਂ ਥਈਏ ਓ ਭਾਈਓ ਆਪਣਾ ਖੈਮਾ ਛੋੜ ਕੇ ਬੀਬੀ ਤੁਰ ਵੀਰ ਦੇ ਖੈਮੇ ਗਈ ਜਿਹੜੇ ਭੈਣਾਂ ਦੇ ਭਰਾ ਬੈਠੇ ਹੋ
ਓ ਭਾਈਓ ਆਪਣਾ ਖੈਮਾ ਛੋੜ ਕੇ ਬੀਬੀ ਤੁਰ ਵੀਰ ਦੇ ਖੈਮੇ ਖੈਮੇ ਗਈ ਗਈ ਤੇ ਹੁਸੈਨ ਕੁਰਾਨ ਕੁ ਪੜਦਾ ਰਿਹਾ ਤੇ ਬੀਬੀ ਆਲੀਆ ਸੁਣਦੀ ਰਹੀ ਹੈ ਉਹ ਸਹੀ ਦੋ ਮੈਨੂੰ ਅੱਲਾ ਦੀ ਕਸਮ ਏ ਕਸਮ ਖੁਦਾ ਦੀ ਰਾਤ ਸਾਰੀ ਮੂੰਹ ਵੀਰ ਦਾ ਵਹਿੰਦੀ ਵਹਿੰਦੀ ਰਹੀ ਮੈਂ ਬਿਸਮਿਲ੍ਲਾ ਕਰਾਂ ਜੀ ਜੀ ਕਰਾਂ ਜੀ ਮੈਂ ਨੌਕਰਾਂ ਜੀ ਮੈਂ ਲੱਖ ਵਾਰਾਂ ਆਦਾ ਪਿਆ ਡੀ ਨਾਵੀ ਦਾ ਗੁਜ਼ਰ ਗਿਆ ਉੱਤੋਂ ਰਾਤ ਡਾਵੀ ਦੀ ਥਈਏ ਉਹ ਭਾਈਓ ਆਪਣਾ ਖੈਮਾ ਛੋੜ ਕੇ ਬੀਬੀ ਤੁਰ ਵੀਰ ਦੇ ਖੈਮੇ 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 ਗਈ ਤੇ ਹੁਸੈਨ ਕੁਰਾਨ ਕੁ ਪੜਦਾ ਰਿਹਾ ਆਇਓ ਮੈਂ ਸਦਕੇ ਤੇ ਬੀਬੀ ਜ਼ੈਨਬ ਸੁਣਦੀ ਰਹੀਏ ਓ ਭਾਈਓ ਕਸਮ ਖੁਦਾ ਦੀ ਰਾਤ ਸਾਰੀ ਮੂੰਹ ਵੀਰ ਦਾ ਚੁੰਮਦੇ ਜਿਹੜੀ ਆਦੀ ਰਹੀਏ ਡਾਵੀ ਦੀ ਰਾਤ ਨਾ ਤੂੰ ਧੰਮੇ ਤੇ ਨਾ ਮੈਂ ਉਜੜਾ ਹੁਸੈਨ ਕੁਰਾਨ ਕੂੰ ਪੜਦਾ ਬੀਬੀ ਜ਼ੈਨਬ ਸੁਣਦੀ ਰਹੀਏ ਓ ਭਾਈਓ ਕਸਮ ਖੁਦਾ ਦੀ ਰਾਤ ਸਾਰੀ ਮੂੰਹ ਵੀਰ ਦਾ ਚੁੰਮਦੇ ਰਹੀ ਜੀ ਕਰਾਂ ਜੀ ਕਰਾਂ ਜੀ ਮੈਂ ਲੱਖ ਵਾਰ ਆਖ ਜੀ ਮੈਂ ਲੱਖ ਵਾਰ ਆਖਾਂ ਰੋਣ ਨਾਲ ਮਕਸਦ ਏ ਹੁਸੈਨ ਕੁਰਾਨ ਕੋ ਪੜਦਾ ਰਿਹਾ ਤੇ ਬੀਬੀ ਜ਼ੈਨਬ ਸੁਣਦੀ ਰਹੀਏ ਓ ਭਾਈਓ ਕਸਮ ਖੁਦਾ ਦੀ ਰਾਤ ਸਾਰੀ ਮੂੰਹ ਵੀਰ ਦਾ ਚੁੰਮਦੇ ਰਹੀ ਰਹੀ ਹੁਸੈਨ ਦਰੋਂ ਵੜਾ ਲਿਓ ਇਹ ਉਹ ਰਾਤ ਏ ਜੋ ਇਸ ਰਾਤ ਅਲੀ ਦੀਆਂ ਧੀਆਂ ਸੁੱਤੀਆਂ ਕੋਈ ਨਹੀਂ ਬਤੂਲ ਦੇ ਵਿਰਸਾਦਾਰ ਰਾਤ ਦਾਵੀਂ ਦੇ ਪਾਸੜੇ ਕਿਆ ਦੀ ਰਹੀਏ ਨਾ ਤੂੰ ਥੰਮੇ ਹਾ ਤੇ ਨਾ ਮੈਂ ਉਜੜਾ ਹੋ ਮਾਤਮੀਓ ਜਵਾਨੋ ਪਤਾ ਨਹੀਂ ਜ਼ਿੰਦਗੀ ਦਾ ਆਇੰਦਾ ਸਾਲ ਕਿਸੇ ਨੂੰ ਨਸੀਬ ਹੋਵੇ ਜਾਂ ਨਾ ਹੋਵੇ ਆਇੰਦਾ ਸਾਲ ਹੁਸੈਨ ਦੀ ਗੁਰਬਤ ਤੇ ਉਹ ਰੋਸੀ ਜਿਹੜਾ ਹੋਸੀ ਪੁਰਾਣੇ ਬਜ਼ੁਰਗਾਂ ਦਾ ਵਹਿਣ ਪਿਆ ਕਰੇਂਦਾ ਉਹ ਆਦੇ ਆਉਂਦੇ ਆਏ ਨੇ ਸੱਜਾਦ ਦਾ ਬਾਬਾ ਵਿੱਚ ਦੁਨੀਆਂ ਦੇ ਤੇ ਇੱਕੋ ਅੱਜ ਦੀ ਰਾਤ ਮਹਿਮਾਨ ਏ ਉਹ ਇਮਰਾਨ ਅਕੀਲ ਦੇ ਵਸਦੇ ਵਿਹੜੇ ਕੱਲ ਥੀ ਵੈਸਣ ਵੀਰਾ ਕਰ ਲਓ ਮਾਤਮ ਅਲੀ ਦੀਆਂ ਧੀਆਂ ਦਾ ਮੈਂ ਸਦਕੇ ਜਾਵਾਂ ਸ਼ਾਲਾ ਮਾਂ ਪਿਓ ਨੂੰ ਨਸੀਬ ਹੋਵੋ ਜੀ ਹੌਸਲਾ ਹੌਸਲਾ ਜੀ ਮੈਂ ਨੌਕਰਾਂ ਜੀ ਮੈਂ ਨੌਕਰਾਂ ਮੈਂ ਪਿਆਦਾ ਸੱਜਾਦ ਦਾ ਬਾਬਾ ਵਿੱਚ ਦੁਨੀਆਂ ਦੇ ਜਿਹੜੇ ਧੀਆਂ ਵਾਲੇ ਬੈਠੇ ਹੋ ਇੱਕ ਲਫ਼ਜ਼ ਬਦਲ ਕੇ ਆਖਣਾ ਚਾਹਨਾ ਮੈਂ ਪਿਆਦਾ ਸੁਗਰਾ ਦਾ ਬਾਬਾ ਵਿੱਚ ਦੁਨੀਆਂ ਦੇ
ਇੱਕੋ ਅੱਜ ਦੀ ਰਾਤ ਮਹਿਮਾਨ ਓ ਇਮਰਾਨ ਅਕੀਲ ਦੇ ਵਸਦੇ ਵੇੜੇ ਕੱਲ ਥੀ ਵੈਸਣ ਵੀਰਾ ਵੀਰਾਨ ਗਾਲ ਦਾ ਬਹੁ ਅਰਮਾਨ ਓ ਰੱਬ ਜਾਣੇ ਕਿਉਂ ਪੈ ਰੋਂਦੇ ਨੇ ਕੁਬਰਾ ਦੇ ਵੀਰ ਜਵਾਨ ਹੁਸੈਨ ਦੇ ਮਾਤਮਦਾਰਾਂ ਓ ਸੋਹਣੀ ਮੁਕਾਨ ਹੋ ਗਈ ਸੋਹਣਾ ਹਿੱਸਾ ਮਿਲ ਗਿਆ ਸਿਵਾਏ ਗਮੇ ਹੁਸੈਨ ਦੇ ਕੋਈ ਗਮ ਨਾ ਵੇਖੋ ਇਹ ਗਰੀਬਾਂ ਵਾਲੀ ਰਾਤ ਇਹ ਸ਼ਬਦੂਰ ਹੁਸੈਨ ਮੌਲਾ ਨੇ ਤਰੋਂ ਹਿੱਸਿਆਂ ਹੀ ਤਕਸੀਮ ਕੀਤੀ ਹੈ ਪਹਿਲਾ ਹਿੱਸਾ ਆਪਣੇ ਸਾਹਬਾਂ 'ਚ ਗੁਜ਼ਾਰਿਆ ਹੈ ਦੂਜਾ ਹਿੱਸਾ ਪਰਦੇਦਾਰਾਂ 'ਚ ਗੁਜ਼ਾਰਿਆ ਹੈ ਤੀਸਰਾ ਹਿੱਸਾ ਮੇਰੇ ਇਮਾਮ ਨੇ ਇਬਾਦਤ ਖੁਦਾਬੰਦੀ ਵਿੱਚ ਗੁਜ਼ਾਰਿਆ ਹੈ ਪਹਿਲਾ ਹਿੱਸਾ ਸਾਹਾਬਾਂ ਨੂੰ ਵਸੀਤਾਂ ਕਰਨ ਦੇ ਬਾਅਦ ਵਕਤ ਨਹੀਂ ਮੈਂ ਤਫਸੀਲ ਨਹੀਂ ਬਣਾ ਸਕਦਾ ਤਫਸੀਲ ਨਹੀਂ ਸੁਣਾ ਸਕਦਾ ਸਾਹਾਬਾਂ ਵਿੱਚ ਫਸੀ ਓ ਬਲੀ ਖੁਤਬਾ ਇਰਸ਼ਾਦ ਫਰਮਾਉਣ ਦੇ ਬਾਅਦ ਮੇਰੇ ਇਮਾਮ ਫਰਮਾਇਆ ਮੇਰੇ ਜਾਨ ਨਿਸਾਰਾ ਹੋ ਮੇਰੇ ਸਾਹਾਬੀਆਂ ਹੋ ਤੁਹਾਨੂੰ ਮੇਰੇ ਨਾਨੇ ਦਾਦੇ ਦੇ ਫਤਵਾਤ ਯਾਦ ਉਹ ਸਿਣ ਫਤਿਹ ਹੁੰਦੀ ਆਈ ਮਾਲ ਮਿਲਦਾ ਹਾ ਅਕਬਰ ਦਾ ਬਾਬਾ ਦਏ ਉਹ ਤੂੰ ਮਾਲ ਮਿਲਦਾ ਹਾ ਜੰਗ ਹੁੰਦੀ ਆਈ ਸੈਯਦ ਦਾਦੇ ਮੈਂ ਲੜਨ ਕੋਈ ਨਹੀਂ ਆਇਆ ਜਿਹੜੇ ਲੜਨ ਆਉਂਦੇ ਨੇ ਉਹ ਭੈਣੀ ਨਾਲ ਨਹੀਂ ਖੇਲਾਂਦੇ ਜੀ ਕਰਾਂ ਜੀ ਕਰਾਂ ਜੀ ਕਰਾਂ ਜਿਹੜੇ ਲੜਨ ਆਵੇ ਨੇ ਉਹ ਸਕੀਨਾ ਜੀਆਂ ਧੀਆਂ ਨਾਲ ਨਹੀਂ ਖੇਲਾਂਦੇ ਮੈਂ ਲੜਨ ਨਹੀਂ ਆਇਆ ਮਰਨ ਆਇਆ ਮੈਂ ਹੌਕਾ ਗੁਰਬਤ ਦਾ ਬੁਲੰਦ ਕਰਸਾਂ ਜਿਹੜਾ ਜਿਹੜਾ ਬੰਦਾ ਮੇਰੀ ਆਵਾਜ਼ 'ਤੇ ਲੱਭਾ ਇੱਕ ਨਾ ਕਰਸੀ ਉਹ ਗੁਨਾਹਗਾਰ ਉਹ ਸੀ ਜਿਹਨੇ ਜਾਣਾ ਹੋਵੇ ਉਹ ਹੁਣ ਟੁਰ ਵੰਜੇ ਤ੍ਰੈ ਵਾਰੀ ਚਿਰਾਗ ਬੁੱਝਿਆ ਤ੍ਰੈ ਵਾਲੀ ਬੱਲਿਆ ਲੋਕ ਉੱਠਦੇ ਰਹੇ ਲੇਕਿਨ ਬਤੂਲ ਦਾ ਪੁੱਤਰ ਮੁਤਮੈਨ ਬੈਠਾ ਹੈ ਮੇਰੇ ਇਮਾਮ ਦੇ ਆਵਾਜ਼ ਆਈਏ ਇੱਕ ਬੰਦੇ ਦੇ ਨਾਂ ਹੱਕਲ ਮਾਰੀਏ ਜਾਂਦਾ ਨਾ ਬਜਦਲੇ ਸਲੀਮ ਦਾ ਪੁੱਤਰ ਏ ਅੱਲਾ ਇਸ 'ਤੇ ਲਾਨਤ ਕਰੇ ਸਾਦਾ ਅਤੇ ਉਹ ਕਮੀ ਨਹੀਂ ਜਿਹਨੇ ਯਾਰਾਂ ਦੀ ਰਾਤ ਅਲੀ ਅਕਬਰ ਦੇ ਬਾਬੇ ਦੀ ਲਾਸ਼ 'ਤੇ ਲੋਟੀ ਪਾਈਏ ਮੈਂ ਸਦਕੇ ਜਾਵਾਂ ਜਿਸ ਯਾਰਾਂ ਦੀ ਰਾਤ ਸੁਗਰਾ ਦੇ ਬਾਬੇ ਦੀ ਲਾਸ਼ ਲੁੱਟੀ ਹੈ ਸ਼ੱਬੀਰ ਆਦਨ ਬਜਦਲ ਮੇਰੇ ਕਰੀਬ ਆ ਇਹ ਬਜਦਲ ਕਰੀਬ ਆਇਆ ਹੈ ਇਮਾਮ ਫਰਮਾਇਆ ਚਿਰਾਗ ਚਾਹ ਕੇ ਘਿੰਨਾ ਇਹ ਚਿਰਾਗ ਲੈ ਕੇ ਮੌਲਾ ਦੇ ਕੋਲ ਆਇਆ ਹੈ ਸ਼ੱਬੀਰ ਆਦਨ ਮੇਰੇ ਲਿਬਾਸ 'ਤੇ ਜ਼ਰਾ ਗੌਰ ਨਾਲ ਵੇਖ ਆਇਓ ਮੈਂ ਸਦਕੇ ਜਾਵਾਂ ਸ਼ੱਬੀਰ ਆਦਨ ਮੇਰੇ ਲਿਬਾਸ 'ਤੇ ਗੌਰ ਨਾਲ ਵੇਖ ਇਹ ਕਮੀਨਾ ਡੇਕ ਕੇ ਆਦੇ ਹੁਸੈਨ ਤੂੰ ਅੰਬੀਆ ਦੀ ਵਿਰਸੇ ਦਾ ਵਾਰਸ ਹੈ ਤੇਰੇ ਤਨ 'ਤੇ ਅੰਬੀਆ ਦੇ ਤਬਰ ਰੱਖਣ ਤੇਰੇ ਸਾਰਾ ਲਿਬਾਸ ਡਾਢਾ ਸੋਹਣਾ ਹੈ ਉਸ ਵੇਲੇ ਅਕਬਰ ਦਾ ਬਾਬਾ ਰੁਨਾ ਹੈ ਰੋ ਕੇ ਆਦਾ ਹੈ ਮੈਂ ਇਸ ਵਾਸਤੇ ਪਿਆਦਾ ਤੂੰ ਆਪਣੀ ਪਸੰਦ ਡਸਾ ਉਹ ਮੈਂ ਤੈਨੂੰ ਹੁਣ ਲਹਾ ਦੇਣਾ ਲੇਕਿਨ ਮਿੰਨਤ ਕਰੇ ਦਾ ਯਾਰਾਂ ਦੀ ਰਾਤ ਮੇਰੀ ਲਾਸ਼ ਲੁੱਟਣ ਨਾ ਆਵੇ ਮੇਰੀ ਲਾਸ਼ ਤੇ ਮੇਰੀਆਂ ਧੀਆਂ ਆਵਣਾ ਹੈ ਮੇਰੀਆਂ ਭੈਣਾਂ ਆਵਣਾ ਹੈ ਇਹਦਾ ਤਲਮ ਮਨਾਓ ਢਲ ਗਿਆ ਹਿੱਸਾ ਸਾਹਾਬਾਂ ਨੂੰ ਫਸੀ ਉਹ ਤਬਲੀਗ ਕਰਨ ਦੇ ਬਾਅਦ ਮੇਰੇ ਇਮਾਮ ਨੇ ਖੈਮਿਆਂ ਦਾ ਰੁੱਖ ਕੀਤਾ ਦੋ ਵੈਣ ਸੁਣਾਉਣਾ ਚਾਹੁੰਦਾ ਮੇਰੇ ਇਮਾਮ ਟੁਰਦੇ ਟੁਰਦੇ ਇੱਕ ਖੈਮੇ ਦੇ ਬਾਹਰ ਆਏ ਨੇ ਇਸ ਸਤਰ ਦੇ ਮਾਤਮੀ ਦੀ ਹਾਏ ਸੁਣਨਾ ਚਾਹੁੰਦਾ ਇੱਕ ਖੈਮੇ ਦੇ ਬਾਹਰ ਆ ਕੇ ਖੜ ਗਏ ਨਜ਼ਰੇ ਇਮਾਮਤ ਨਾਲ ਅੰਦਰੋਂ ਮਖਫੀ ਜਾਇਜ਼ਾ ਕੀਤਾ ਹੈ ਕਿਆ ਡਿੱਠਾ ਹੈ ਇੱਕ ਜ਼ਈਫ ਮਾਏ
ਇੱਕ ਚਿੱਟੇ ਵਾਲਾਂ ਵਾਲੀ ਮਸਤੂਰ ਏ ਜਿਹੜੀ ਮਸਨਦ ਛੋੜ ਕੇ ਮਿੱਟੀ 'ਤੇ ਬੈਠੀ ਹੋਈ ਏ। ਹਬਸ਼ ਦੇ ਪਾਸੇ ਮੂੰਹ ਕਰ ਗਿਆ ਦੀ ਏ, ਮੇਰੇ ਜੋ ਚਾਰ ਪੁੱਤਰ ਆਓ ਅੱਜ ਕਰਬਲਾ ਵਿੱਚ ਹੋਵੋ ਹਾ, ਹੁਸੈਨ ਦੇ ਨਾਂ ਤੋਂ ਕੁਰਬਾਨ ਹੋਵੋ ਹਾ। ਇੱਜ਼ਤ ਅਲ ਮੋਮਿਨੋ, ਸ਼ਬੀਰ ਨੇ ਗੱਲ ਸੁਣੀ ਹੈ, ਮੇਰੇ ਆਕਾ ਖੈਮੇ ਦੇ ਅੰਦਰ ਆਏ, ਜਨਾਬੇ ਫਿਜ਼ਾ ਦੇ ਚਿੱਟੇ ਵਾਲਾਂ 'ਤੇ ਬੋਸਾ ਦਿੱਤਾ ਹੈ, ਸ਼ਬੀਰ ਮਾਂ ਦੇ ਕੋਲ ਬਹਿ ਗਿਆ ਹੈ। ਸੈਯਦਾ ਦੇ ਅੰਮਾ ਫਿਜ਼ਾ, ਫਿਕਰ ਨਾ ਕਰ, ਤੈਨੂੰ ਪੁੱਤਰਾਂ ਦੀ ਲੋੜ ਏ, ਮੈਨੂੰ ਮਾਂ ਦੀ ਲੋੜ ਏ। ਉਹ ਮੈਂ ਸਦਕੇ ਜਾਵਾਂ, ਤੈਨੂੰ ਪੁੱਤਰ ਦੀ ਲੋੜ ਏ, ਮੈਨੂੰ ਮਾਂ ਦੀ ਲੋੜ ਏ। ਇੱਜ਼ਤ ਅਲ ਮੋਮਿਨੋ, ਸ਼ਬੀਰ ਆ ਜਰੇ ਅੰਮਾ ਫਿਜ਼ਾ, ਮੈਂ ਵਾਅਦਾ ਕਰੇ ਨਾ ਕੱਲ੍ਹ ਡੀ ਚੜ੍ਹਨ ਦੇ, ਮੈਂ ਚਿੱਟੇ ਡੀ ਮੈਦਾਨ ਜਾ ਕੇ ਆਖਸਾਂ ਲੋਗੋ ਮੈਂ ਫਿਜ਼ਾ ਦਾ ਪੁੱਤਰ ਹਾਂ। ਕਦਮ ਚੁੰਮ ਕੇ ਆਦੀ ਏ, ਤਾਂ ਤੁਹਾਡੀ ਲਜ ਪਾਲੀ ਏ, ਤੁਹਾਡੀ ਕਰੀਮੀ ਏ, ਮੈਂ ਤਾਂ ਤੇਰੀ ਮਾਂ ਦੀ ਕਨੀਜ਼ ਹਾਂ। ਇੱਥੋਂ ਮੇਰਾ ਇਮਾਮ ਤੁੜਿਆ, ਇੱਕ ਬੇ ਖੈਮੇ 'ਚ ਆਇਆ ਏ, ਕਿਆ ਡਿੱਠਾ ਏ, ਇੱਕ ਮਾਂ ਏ, ਇੱਕ 13 ਸਾਲ ਦਾ ਪੁੱਤਰ ਏ, ਝੋਲੀ ਵਿੱਚ ਬੁਲਾਈ ਬੈਠੀ ਏ। 13 ਸਾਲ ਦੇ ਪੁੱਤਰ ਦੇ ਵਾਲ ਪੀ ਚੁੰਮਦੀ ਏ, ਚਿਹਰਾ ਪੀ ਚੁੰਮਦੀ ਏ, ਰੋ ਰੋ ਕੇ ਆਦੀ ਏ, ਕਾਸਮ ਲਾਲ ਤੂੰ ਮੇਰੀ ਕਮਾਈ ਬਚੜਾ ਏ, ਕਾਸਮ ਮੈਂ ਬੇਵਾ ਹਾਂ, ਮੇਰੇ ਚਿੱਟੇ ਸਰ ਦੀ ਲਾਜ ਰੱਖੀ, ਅੱਜ ਤੇਰਾ ਬਾਬਾ ਦੁਨੀਆ 'ਤੇ ਕੋਈ ਨਹੀਂ। ਆਵਾਜ਼ ਆਉਂਦੀ ਏ, ਅੰਮਾ ਫਿਰ, ਅੰਮਾ ਕਿਆ ਆਖਣਾ ਚਾਹੁੰਦੇ ਹੋ? ਉਸਨੇ ਮੇਰੀ ਸੈਨ ਫਰਵਾੜੇ ਕਿਆ ਦੀ, ਕਾਸਮ ਮੈਂ ਚਾਹੁੰਦੀ ਹਾਂ ਕੱਲ੍ਹ ਹਰ ਮਾਂ ਨੇ ਪੁੱਤਰ ਕੁਰਬਾਨ ਕਰਨੇ ਨੇ। ਅਜਾ ਅਕਬਰ ਦੀ ਮਾਂ ਪੁੱਤਰ ਨੂੰ ਪੱਗ ਪਈ ਬੰਦੀ ਹੋਵੇ ਜਾਂ ਤੇਰੀ ਲਾਸ਼ ਆਵੇ। ਆਇਓ ਕਰਬਲਾ ਦੀਆਂ ਮਾਵਾਂ, ਕਰਬਲਾ ਦੀਆਂ ਮਾਵਾਂ ਦਾ ਹੌਸਲਾ ਵੇਖੋ, ਮੇਰੀ ਆਕਾ ਦਾਦੀ ਗੱਲ ਕੀਤੀ ਏ। ਜਨਾਬੇ ਕਾਸਮ ਨੇ ਮਾਂ ਦਾ ਹੱਥ ਚੁੰਮਾ ਏ, ਰੋ ਗਿਆ ਦੇ, ਅੰਮਾ ਸੁਬੋ ਅਸਾਂ ਮੈਦਾਨ 'ਚ ਵੰਜਣਾ ਏ, ਅਸਾਂ ਸ਼ਹੀਦ ਹੋ ਵੰਜਣਾ ਏ, ਲੇਕਿਨ ਤੇਰੇ ਨਾਲ ਵਾਅਦਾ ਕਰਦਾ, ਯਾਰਾਂ ਦੇ ਦੁਪਹਾਰਾਂ ਨੂੰ ਜਦਾਂ ਅਜਰੇ ਰਿਸਾਲਤ ਦੇ ਜ਼ੇਵਰ ਪਾ ਕੇ ਮਕਤਲੇ ਚਾਸੋ, ਹਰ ਮਾਂ ਪੁੱਤਰ ਨੂੰ ਮਿਲਸੀ ਤੂੰ ਗੁਲੇ ਦੀ ਰਾਸੇ, ਨਾ ਮੇਰੀ ਲਾਸ਼ ਲਭਸੀ ਆ, ਨਾ ਮੈਂ ਘੁਮਿਲ ਗਿਨਸੇ। ਸ਼ਬੀਰ ਅੰਦਰ ਆਏ, ਨਾ ਕਿਹਾ ਦਿਨੇ ਸ਼ਾਬਾਸ਼ ਹੋ ਮੇਰਾ ਲਾਇਕ ਬਛੜਾ। ਇੱਥੋਂ ਇੱਕ ਹੋਰ ਖੈਮੇ ਦੇ ਬੂਹੇ 'ਤੇ ਆਏ, ਮੇਰਾ ਇਮਾਮ ਕਿਆ ਡਿੱਠਾ ਏ, ਇੱਕ ਮਾਂ ਏ, 2 ਪੁੱਤਰ ਹਨ, 2 ਪੁੱਤਰਾਂ ਦੀਆਂ ਝੋਟੀਆਂ ਚੁੰਮ ਕੇ ਮੇਰੀ ਸੈਣ ਆਦੀ ਏ, ਆਉਣ 'ਤੇ ਮੁਹੰਮਦ ਬਛੜੇ, 28 ਰਜਬ ਦੀ ਢਲਦੀ ਰੀਗਰ ਆਈ। ਤੁਹਾਨੂੰ ਬਾਬੇ ਆਖਿਆ ਹਾ ਵਤਨ ਤੋਂ ਆਪਣੇ ਨਾਲ ਘਿਨ ਆਈ ਆ, ਤੁਹਾਡੇ ਬਾਬੇ ਆਖਿਆ ਹਾ ਬਿਰਾਵਾਂ ਦੇ ਨਾਲ ਵਹਿੰਦੀ ਪਈ ਏ, ਬਿਰਾਵਾਂ 'ਤੇ ਔਖੀ ਬਣੀ, ਇੱਕ ਮੇਰੀ ਤਰਫੋਂ ਸਦਕਾ ਡੇਵੀ, ਇੱਕ ਆਪਣੀ ਤਰਫੋਂ ਸਦਕਾ ਡੇਵੀ, ਮੇਰੇ ਆਉਣ 'ਤੇ ਮੁਹੰਮਦ ਬਚੜੇ ਜਾਂ ਕਾਸਮ ਦੀ ਮਾਂ ਪੁੱਤਰ ਨੂੰ ਤਿਆਰ ਪਈ ਕਰਦੀ ਹੋਵੇ ਜਾਂ ਤੁਹਾਡੀਆਂ ਲਾਸ਼ਾਂ ਆਵਣ। ਹੁਣ ਦਵਾਂ ਸ਼ਹਿਜ਼ਾਦਿਆਂ ਨੇ ਮਾਂ ਦੀ ਗੋਦ ਛੋੜੀ ਏ, ਨਿੱਕੇ ਨਿੱਕੇ ਹੱਥ ਜੋੜ ਕੇ ਆਦਨ, ਅੰਮਾ ਕੱਲ੍ਹ ਡੀਂ ਤਾਂ ਜੜਨ ਦੇ, ਅਸਾਂ ਇਹੋ ਜਿਹੀ ਜੰਗ ਕਰੇ ਸਾਂ, ਮਾਮੇ ਦੀ ਜਾਗੀਰ 'ਚੋਂ ਵੰਝ ਦੂਰ ਲਾਸਾਂ। ਹੁਸੈਨ ਅੰਦਰ ਆਏ, ਹਾਂ ਨਾ ਲਾ ਗਿਆ ਦਿਨੇ, ਸ਼ਾਬਾਸ਼ ਹੋ ਮੇਰੇ ਬੱਚੇ, ਸ਼ਾਬਾਸ਼ ਹੋ ਮੇਰੇ ਸ਼ੇਰ ਦਿਲ ਬਛੜੇ। ਇੱਥੋਂ ਮੇਰਾ ਇਮਾਮ ਟੁਰਿਆ, ਜਿਹੜੇ ਧੀਆਂ ਵਾਲੇ ਬੈਠੇ ਹੋ, ਜਿਸ ਵਹਿਣ ਵਾਸਤੇ ਮਿਹਨਤ ਕਰ ਆਇਆ, ਜਿਵੇਂ ਜਿਵੇਂ ਹੁਸੈਨ ਖੈਮਿਆਂ ਦੇ ਵਿੱਚ ਵਹਿੰਦੇ ਨੇ, 4 ਸਾਲ ਦੀ ਮਾਸੂਮਾ ਏ ਬਾਬੇ ਦੇ ਕਦਮਾਂ 'ਤੇ ਕਦਮ ਆਉਂਦੀ ਰੱਖਦੀ ਏ, ਬਾਬੇ ਦੇ ਪਿੱਛੇ ਪਿੱਛੇ ਟੁਰਦੀ ਆਉਂਦੀ ਏ, ਸ਼ਬੀਰ ਦੀ ਨਜ਼ਰ ਪਈ ਏ ਮੇਰੇ ਆਕਾ ਸਕੀਨਾ ਨੂੰ, ਹਾਂ ਨਾ ਲਾਇਆ ਏ, ਚਾਹੇ ਚੋਟੀਆਂ ਚੁੰਮੀਆਂ ਨਾ ਡੇਕ ਕੇ ਆ ਜਾਣੇ, ਮੇਰੀ ਧੀ ਸਕੀਨਾ ਸਮਝੀ ਕਿਉਂ ਨਹੀਂ? ਜਿਹੜੇ ਧੀਆਂ ਵਾਲੇ ਬੈਠੇ ਹੋ ਜਾਗਣਾ ਬਈ,
ਮੇਰੀ ਧੀ ਸਕੀਨਾ ਸਮਝੀ ਕਿਉਂ ਨਹੀਂ, ਆਵਾਜ਼ ਆਉਂਦੀ ਹੈ ਬਾਬਾ ਕਿਵੇਂ ਸੰਮਾ, ਨੀਂਦਰ ਨਹੀਂ ਆਉਂਦੀ ਬਾਬਾ ਲਾਜ਼ਾ ਪਹਿਲੇ ਨੀਂਦਰ ਆਈਏ, ਖਾਬ ਵਿੱਚ ਡਿੱਠਾ ਹੈ ਕੋਈ ਖੂਨ ਦਾ ਦਰਿਆ ਏ, ਵਿੱਚ ਮੇਰਾ ਬਾਬਾ ਹੁਸੈਨ ਵਧਾ ਲੁੜਦਾ ਏ, ਬਾਬਾ ਵੱਧ ਤੱਕ ਲੱਗੀ ਏ ਵੱਧ ਡਰਕ ਲਖਾਬ ਡਿੱਠਾ ਏ, ਸਾਡੇ ਖੈਮਿਆਂ ਨੂੰ ਅੱਗ ਲੱਗੀ ਹੋਈ ਏ, ਕੋਈ ਸ਼ਾਮੀ ਹਨ ਜਿਹੜੇ ਭੱਜ ਭੱਜ ਕੇ ਮੇਰੀਆਂ ਫੁੱਫੀਆਂ ਦੇ ਖੈ ਫੁੱਫੀਆਂ ਦੀਆਂ ਚਾਦਰਾਂ ਵਧੇ ਲੁੱਟਦੇ ਹਨ। ਇੱਜ਼ਤ ਵਾਲੇ ਮੋਮਿਨਾਓ, ਮੇਰੇ ਹੁਸੈਨ ਮੌਲਾ ਡੇ ਕਦਰ ਸਕੀਨਾ ਕਿੱਥੋਂ ਸਮਣਾ ਹੀ, ਆਦੀ ਹੈ ਬਾਬਾ ਤੁਹਾਡੇ ਸੀਨੇ 'ਤੇ ਸ਼ਬੀਰ ਇੰਤਜ਼ਾਰ ਨੇ ਕੀਤੀ ਮਸਨਦ ਦੀ, ਮਿੱਟੀ 'ਤੇ ਮੇਰਾ ਇਮਾਮ ਲੇਟ ਗਿਆ ਹੈ, ਦੀ ਨੂੰ ਸੀਨੇ 'ਤੇ ਲਟਾ ਕੇ ਸੈਯਦ ਆਦੇ ਢਲ ਰਾਤ ਪਈ ਆਈ, ਹੁਣ ਸਮ ਪਾ ਬਚੜੀ ਓ ਮੇਰੀ ਧੀ ਮਾਸੂਮ ਸਕੀਨਾ, ਉਹ ਇੱਕ ਲਾਹਦੇ ਦਾ ਮਹਿਮਾਨ ਖੜਾ ਹੈ ਵੀ ਹਾਜ਼ਰ ਪਿਓ ਦਾ ਪਿਓ ਦਾ ਸੀ ਸੀਨਾ, ਆਇਓ ਮੈਂ ਸਦਕੇ ਸੈਯਦਾ ਦੇ ਬਹੁ ਅਮਨ ਅਮੀਰੀ ਹਾਏ ਵਾ ਮਾਣੇ ਹਾਣੀ ਤੇ ਜੱਡਾ ਹਾਵੀ ਵਤਨ ਮਦੀਨਾ, ਪਿਓ ਧੀ ਦਾ ਮੂੰਹ ਚੁੰਮ ਕੇ ਆਦਾਏ ਕੱਲ ਜ਼ੋਹਰ ਵੇਲੇ, ਆਇਓ ਮੈਂ ਸਦਕੇ ਸੈਯਦ ਆਦਾਏ ਕੱਲ ਜ਼ੋਹਰ ਵੇਲੇ, ਤੇਰੇ ਦੁਰ ਲਾਸਣ ਦੇ ਸੀ ਝਿੜਕਾਂ ਸ਼ਿਮਰ ਕਮੀ ਕਮੀ ਹੁਸੈਨ ਦੇ ਮਾਤਮਦਾਰਾਂ ਆ ਗਿਆ, ਬਸ ਦੋ ਜਾਂ ਤਿੰਨ ਮਿੰਟ ਮੇਰੇ ਪਾਸ ਦੇਖੋ, ਮੈਂ ਸਲਾਮ ਕਰਨ ਲੱਗਾ ਆਪਣੇ ਹਿੱਸੇ ਦਾ ਆਖਰੀ ਵੈਣ। ਡਲ ਗਈ ਰਾਤ ਜਿਤਨੀ ਲੰਬੀ ਵੀ ਹਾਈ, ਮੁੱਕ ਗਈ ਰਾਤ, ਸ਼ਬੀਰ ਪੁੱਤਰ ਨੂੰ ਆਖਿਆ ਉਹ ਮੇਰਾ ਨਾਨੇ ਦੀ ਸ਼ਕਲ ਆਲਾ, ਅਜ਼ਾਨ ਡੇ ਅਕਬਰ ਅਜ਼ਾਨ ਪੜ੍ਹੀ, ਅਕਬਰ ਰੋ ਕੇ ਆਦਾ ਬਾਬਾ ਤੇਰੀਆਂ ਬਹਿਣਾਂ ਤੇ ਸੁਣ ਗਿਣਸਣ, ਮੇਰੀ ਤੇ ਸੁਣਨ ਵਾਲੀ ਮਦੀਨੇ ਰਹਿ ਗਈ। ਸ਼ਬੀਰ ਆਖਿਆ ਮੈਂ ਵਾਅਦਾ ਕਰੇ ਨਾ ਤੇਰੀ ਮਦੀਨੇ ਸੁਣ ਸੀ, ਸੁਗਰਾ ਮਦੀਨੇ ਅਜ਼ਾਨ ਸੁਣੀ, ਕਿਸ ਮਕਾਮ 'ਤੇ ਸੁਣੀ, ਜਿੱਥਾਂ ਟੁਰਦੇ ਵੇਲੇ ਅਕਬਰ ਨੂੰ ਆਖਿਆ ਹੱਸ ਪੈਰਾਂ ਦੇ ਨਿਸ਼ਾਨ ਲਾਚਾ, ਤੇਰੇ ਕਦਮਾਂ ਦੇ ਨਿਸ਼ਾਨਾਂ 'ਤੇ ਜ਼ਿੰਦਗੀ ਗੁਜ਼ਾਰੜੇ ਸਾਂ। ਬਸ ਹੁਸੈਨ ਦੇ ਰੋਵਣ ਵਾਲਿਆਂ ਮੈਂ ਪਿਆਦਾ ਅਜਾ ਮੁੱਕੀ ਨਹੀਂ ਬਾ ਗਲੀ ਅਕਬਰ ਦੀ, ਤੇ ਵਿੱਚ ਕਰਬਲ ਦੇ ਦਸ਼ਤ ਵਿਚਾਲੇ ਉਹ ਉਹਨੂੰ ਫੌਜ ਯਜ਼ੀਦ ਦੇ ਹਰ ਫੌਜੀ ਲੈ ਤੀਰ ਕਮਾਨ ਸੰਭਾ ਸੰਭਾ, ਮਾਤਮ ਦਾ ਜੁਮਲਾ ਹੈ ਮਾਤਮ ਦਾ, ਉਹਨੂੰ ਫੌਜ ਯਜ਼ੀਦ ਦੇ ਹਰ ਫੌਜੀ ਲੈ ਤੀਰ ਕਮਾਨ ਸੰਭਾ, ਤੇ ਹੋਇਆ ਕਿਆ ਅਕਬਰ ਦਾ ਮੂੰਹ ਚੁਮਕੇ ਤੇ ਆਖੇ ਉਮਲ ਬਨੀਨ ਦਾ ਲਾਲੇ, ਅਕਬਰ ਦੇ ਪਾਸ ਲੈ ਕੇ ਗਾਦੀ ਰੋ ਰੋ ਕੇ ਆਦਾ ਮੈਂ ਫੌਜ ਹਟੇ ਨਾ ਉਹ ਮੈਂ ਫੌਜ ਹਟੇ ਨਾ, ਟੁਰ ਵਤਨ ਤੇ ਵਾਂਝ ਘਿਨ ਭੈਣ ਸਕੀਨਾ, ਗਾਦੀ ਆਦੇ ਤੋੜੇ ਹਿੱਕ ਤੇ ਤਮਾਚਿਆਂ ਤੋਂ ਬਚ ਜਾਵੇ, ਚੜ ਪਿਆੜੀ ਜਿਹੜਾ ਅਲੀ ਅਕਬਰ ਛੇਕੜੀ ਸਲਾਮ ਕਰਕੇ ਮਕਤਲ ਦੇ ਪਾਸੇ ਟੁਰਿਆ, ਬਸ ਆਖਰੀ ਬਹਿਣ
ਜਿਹੜਾ ਮਕਤਲ ਦੇ ਪਾਸੇ ਅਕਬਰ ਟੁਰਿਆ ਏ, 17 ਵੀ ਦੇ ਉਲਮਾ ਦੱਸਦੇ ਨੇ 17 ਵਾਰੀ ਸ਼ਬੀਰ ਪੁੱਤਰ ਨੂੰ ਵਾਪਸ ਬੁਲਾਇਆ ਏ। ਅਕਬਰ ਦਾ ਗੋੜਾ ਟੁਰਦਾ ਹਾ, ਸ਼ਬੀਰ ਆਦਿਆਂ ਨੇ ਇੱਕ ਵਾਰੀ ਦਾੜੀ ਚੁੰਮਵਾ, ਫਿਰ ਅਕਬਰ ਡਾੜੀ ਚੁੰਮਵਾ ਕੇ ਫਿਰ ਘੋੜਾ ਡੋਰ ਕੇ ਮੈਦਾਨ ਦੇ ਪਾਸੇ ਬਹਿੰਦਾ ਹਾ, ਸ਼ਬੀਰ ਹੱਕਲ ਮਾਰ ਗਿਆ, ਦੇ ਇੱਕ ਵਾਰੀ ਮੈਨੂੰ ਸੀਨਾ ਚੁੰਮਵਾ। ਇਹਦੇ ਤਾਲੇ ਮੋਮਿਨ ਆਓ, ਇਹ ਮੰਦਰ ਜਨਾਬੇ ਅੱਬਾਸ ਡਿੱਠਾ, ਅੱਬਾਸ ਤੇਰੀ ਵਫਾ ਤੂੰ ਕਾਇਨਾਤ ਕੁਰਬਾਨ ਕਰਾਂ। ਜਿਹੜੇ ਵੇਲੇ ਬਾਰ ਬਾਰ ਸ਼ਬੀਰ ਨੇ ਅਕਬਰ ਨੂੰ ਬੁਲਾਇਆ ਹੈ, ਉਸ ਵੇਲੇ ਗਾਜ਼ੀ ਹੱਕਲ ਮਾਰ ਕੇ ਆਦਾ, ਕਿਨ ਗਿਆ ਹੈ ਮੇਰਾ ਫਜ਼ਲ ਬਛੜਾ, ਫਜ਼ਲ ਨੂੰ ਕਰੀਬ ਬੁਲਾਇਆ ਹੈ। ਉਸ ਵੇਲੇ ਇਮਾਮ ਦੇ ਕਦਮਾਂ 'ਤੇ ਹੱਥ ਲਾ ਕੇ ਗਾਜ਼ੀ ਰੋ ਕੇ ਆਦਾ, ਕਿਉਂ ਟੁਰਦੇ ਪੁੱਤਰ ਦੀ ਕੰਡ ਵਹਿਣਾ, ਉਹ ਸਾਡ ਮਾਰ ਕੇ ਕੋਲ ਬੁਲਾ ਚਾ, ਗਾਜ਼ੀ ਆਦਾ ਮੇਰੇ ਫਜ਼ਲ ਕਠੋਰ ਚਾ, ਮੌਤ ਦੇ ਪਾਸੇ ਹੀ ਉਹ ਸੋਹਣਾ ਪੁੱਤਰ ਪੁੱਤਰ ਬਚਾ। ਗਾਜ਼ੀ ਆਦਾ ਚੁੱਪ ਕਰਕੇ ਟੁਰ ਵੰਜ ਹਲਬ ਦੇ ਪਾਸੇ, ਨਾਲ ਦੀ ਸੁਗਰਾ ਬੁਲਵਾ ਚਾ, ਹੋਈਂਦੀ ਰੁੱਤ ਹੈ ਸਹਰੇ ਪਾਵਣ ਦੀ, ਅਲੀ ਅਕਬਰ ਕੋ ਪਰ ਸੀਨੇ ਤੇ ਹੱਥ ਮਾਰ ਗਿਆ ਕੋ, ਹਾਏ ਅਲੀ ਅਕਬਰ, ਹਾਏ ਜਵਾਲ, ਹਾਏ ਸੁਗਰਾ, ਤੇਰੇ ਦਿਲ ਦੀਆਂ ਦਿਲ ਵਿੱਚ ਰਹਿ ਗਈਆਂ। ਮਾਤਮੇ ਹੁਸੈਨ, ਹਾਏ ਅਲੀ ਅਕਬਰ, ਅੱਲਾਹੁ ਅਕਬਰ, ਅੱਲਾਹੁ ਅਕਬਰ, ਅੱਲਾਹੁ ਅਕਬਰ, ਅੱਲਾਹੁ ਅਕਬਰ, ਅਸ਼ਹਾਦੁ ਅੱਲਾ ਇਲਾਹਾ ਇੱਲੱਲਾਹ, ਅਸ਼ਹਾਦੁ ਅੱਲਾ ਇਲਾਹਾ ਅਸ਼ਹਾਦੁ ਅੰਨਾ ਮੁਹੰਮਦਰ ਰਸੂਲੱਲਾਹ, ਅਸ਼ਹਾਦੁ ਅੰਨਾ ਮੁਹੰਮਦਰ ਰਸੂਲੱਲਾਹ, ਅਸ਼ਹਾਦੁ ਅੰਨਾ ਮੀਰਲ ਮੋਮਿਨੀਨਾ ਵਾਇਮਾਮਲ ਮੁਤਾਕੀਨਾਲੀਯੁਨ ਵਲੀਉੱਲਾਹ, ਅਸ਼ਹਾਦੁ ਅੰਨਾ ਮੀਰਲ ਮੋਮਿਨੀਨਾ
ਵਾਇਮਾਮਲ ਮੁਤਾਕੀਨਾਲੀਉਲ ਹੁਜਤੁਲਾਲ ਹਲਕ ਹਯਾਲ ਸਲਾਮ ਹਯਾਲ ਸਲਾਮ ਹਯਾਲ ਫਲਾਹ ਹਯਾਲ ਫਲਾਹ ਹਯਾਲਾ ਹੈਰਿਲ ਅਮਲ ਹਯਾਲਾ ਹੈਰਿਲ ਅਮਲ ਅੱਲਾਹੁ ਅਕਬਰ ਅੱਲਾਹੁ ਅਕਬਰ ਲਾ ਇਲਾਹਾ ਇਲਲਲਾਹ ਲਾ ਇਲਾਹਾ ਇਲਲਲਾਹ ਤਸਵੀਰ ਮੁਹੰਮਦ ਅਰਬੀ ਦੀਵੋ ਯਕ ਲਖਤ ਬੁਰਾਗ ਤੂੰ ਲੈ ਪਈ ਉਹ ਲੱਗੀ ਜ਼ਰਬ ਸ਼ਦੀਦ ਨਹੀਂ ਫਜਿਗਰ ਤੇ ਰਾਤ ਚਸ਼ਮਾ ਬਣ ਕੇ ਵਹਿ ਪਈ ਤੇ ਦੋ ਮਾਵਾਂ ਇੱਕ ਸੁਗਰਾ ਵਤਨ ਤੇ ਰਹਿ ਗਈ ਉਹ ਕੀਤਾ ਮੌਤ ਨੇ ਹਮਲਾ ਉਹ ਵੇਲੇ ਜੱਡਾ ਮਾਸੇ ਅਕਬਰ ਦੀ ਜੀ ਮੈਂ ਲਖਵਾ ਰੱਖ ਜੀ ਕੋਈ ਉਬਾਲ ਨਹੀਂ ਰੋਵਣ ਨਾਲ ਮਕਸਦ ਮੈਂ ਲਖਵਾ ਰੱਖਾਂ ਤਸਵੀਰ ਮੁਹੰਮਦ ਅਰਬੀ ਦੀ ਯਕ ਲਖਤ ਬੁਰਾਗ ਤੂੰ ਲਹਿ ਪਈ ਉਹ ਲੱਗੀ ਜ਼ਰਬ ਸ਼ਦੀਦ ਨਹੀਂ ਫਜਿਗਰ ਤੇ ਰਾਤ ਚਸ਼ਮਾ ਬਣ ਕੇ ਵਹਿ ਵਹਿ ਬਿਸਮਿਲ੍ਲਾਹ ਉਹ ਤਸਵੀਰ ਮੁਹੰਮਦ ਅਰਬੀ ਦੀ ਤੇ ਯਕ ਲਖਤ ਬੁਰਾਗ ਤੂੰ ਲੈ ਪਈ ਉਹ ਲੱਗੀ ਜ਼ਰਬ ਸ਼ਦੀਦ ਨਹੀਂ ਫਜਿਗਰ ਤੇ ਰਾਤ ਚਸ਼ਮਾ ਬਣ ਕੇ ਵਹਿ ਤੇ ਦੋ ਮਾਵਾਂ ਮਰ ਗਈਆਂ ਮਰਨ ਤੋਂ ਪਹਿਲੇ
ਅਤੇ ਸੁਗਰਾ ਵਤਨ ਤੇ ਰਹਿ ਗਈ। ਉਹ ਕੀਤਾ ਮੌਤ ਨੇ ਹਮਲਾ ਊ ਵੇਲੇ ਜੱਡਾ ਮਾਸ ਅਕਬਰ ਦੀ ਅਕਬਰ ਦੀ। ਦੁਆ ਮੰਗੋ ਸ਼ਾਲਾ ਬੁੱਢੜਾ ਪਿਓ ਹੋਵੇ ਜਵਾਨ ਪਛੜਾ ਨਾ ਮਰੇ। ਉਹ ਤਸਵੀਰ ਮੁਹੰਮਦ ਅਰਬੀ ਦੀ ਯਕ ਲਖਤ ਬੁਰਾਗ ਤੂੰ ਲੈ ਪਈ। ਉਹ ਲੱਗੀ ਦਰਬ ਸ਼ਦੀਦ ਨਹੀਫ ਜਿਗਰ ਤੇ ਰਾਤ ਚਸ਼ਮਾ ਬਣ ਕੇ ਬਣ ਕੇ ਵਾ ਹੱਥ ਬਣ ਗਏ। ਇਜਾਜ਼ਤ ਚਾਹੁੰਦਾ ਇੱਕ ਆਖਰੀ ਬੈਨ ਕਰਾਂ, ਦੁਆ ਮੰਗੋ ਸ਼ਾਲਾ ਕਿਸੇ ਦਾ ਜਵਾਨ ਨਾ ਮਰੇ। ਜਿਤਨੇ ਮਾਤਮੀ ਆਇਓ ਅਲੀ ਅਕਬਰ ਦੀ ਜੁੱਤੀ ਦਾ ਸਦਕਾ ਜਵਾਨੀਆਂ ਮਾਣੋ, ਸ਼ਾਲਾ ਮਾਂ ਪਿਓ ਨੂੰ ਨਸੀਬ ਹੋਵੋ। ਅਲੀ ਅਕਬਰ ਦਾ ਜਨਾਜ਼ਾ ਆ ਗਿਆ ਏ, ਅੱਜ ਭੈਣਾਂ ਹੁੰਦੀਆਂ, ਅੱਜ ਹਿੱਸੇ ਦੀ ਭੈਣ ਸੁਗਰਾ ਹੋਵੇ ਹਾ ਜਿਹੜੀ ਆਦੀ ਰਹੀ ਏ ਵੀਰ ਤੇਰੇ ਸੱਤਵੀਂ ਦੇ ਵਾਦੇ ਗੁਜ਼ਰ ਗਏ। ਮੈਂ ਪਿਆਦਾ ਲੱਥਾ ਅਕਬਰ ਬਖਤ ਦੇ ਤਖਤ ਉਤੋਂ ਤੇ ਬਾਲਾਗ ਬਖਤ ਗਿਆ ਸਹਰਾ ਕੋ। ਉਹ ਖੁੱਲੇ ਵਾਲ ਅਲੀ ਦੀਆਂ ਧੀਆਂ ਦੇ ਪਾਇਆ ਸਰ ਵਿੱਚ ਖਾਕ ਖਾਕ ਸ਼ਿਫਾ। ਤੇ ਬੁੱਢੜੇ ਪਿਉ ਨਾਲ ਕੀ ਹੋਇਆ? ਉਹ ਮਜ਼ਲੂਮ ਆਖੇ ਮੈਨੂੰ ਕੁਝ ਨਹੀਂ ਦਿਸਦਾ, ਤੇ ਕੋਈ ਦੱਸ ਛੋੜੋ ਲੈਲਾ ਕੋ। ਸੈਯਦ ਰੋ ਰੋ ਕੇ ਆਦਾ ਤੁਹਾਡੇ ਅਕਬਰ ਕੋ, ਲਗ ਸਾਂਗ ਗਈ ਖਤ ਲਿਖ ਛੋੜੋ ਸੁਗੇ ਸੁਗਰਾ ਅਕਬਰ ਕੋਈ ਨਹੀਂ ਮਿਲਣਾ, ਤੇਰਾ ਵੀਰ ਮਾਰਾ ਗਿਆ। ਭਗਤ ਗਿਆ ਸਹਰਾ ਕੋ। ਉਹ ਖੁੱਲੇ ਵਾਲ ਅਲੀ ਦੀਆਂ ਧੀਆਂ ਦੇ ਪਾਇਆ ਸਰ ਵਿੱਚ ਖਾਕ ਖਾ। ਤੇ ਮਜ਼ਲੂਮ ਆਖੇ ਮੈਨੂੰ ਕੁਝ ਨਹੀਂ ਦਿਸਦਾ, ਤੇ ਕੋਈ ਡਾਸ ਛੋੜੋ ਲੈਲਾ ਕੋ। ਉਹ ਮੇਰੇ ਅਕਬਰ ਕੋ ਲਾਗ ਸਾਂਗ ਗਈਏ ਖਾਤ ਲਿਖ ਛੋੜੋ ਛੋੜੋ। ਹਾਏ ਅਲੀ ਅਕਬਰ, ਹਾਏ ਜਵਾਨੀ ਮਾਤਮੇ ਜਿਨੋ ਕੇਰਾ ਮਜ਼ਲੂਮ ਆਖੇ ਮੈਨੂੰ ਕੁਝ ਨਹੀਂ ਕੁਝ ਨਹੀਂ ਦਿਸਦਾ, ਕੋਈ ਦੱਸ ਛੋੜੋ ਲੈਲਾ ਕੋ। ਉਹ ਮੇਰੇ ਅਕਬਰ ਕੋ ਲਾਗ ਸਾਂਗ ਗਈਏ ਖਤ ਲਿਖ ਛੋੜੋ ਛੋੜੋ। ਹਾਏ ਅਲੀ ਅਕਬਰ, ਹਾਏ ਅਲੀ ਅਕਬਰ। ਮਾਤਮੇ ਹੁਸੈਨ, ਮਾਤਮੇ ਹੁਸੈਨ, ਮਾਤਮੇ ਹੁਸੈਨ, ਮਾਤਮੇ ਹੁਸੈਨ, ਮਾਤਮੇ ਹੁਸੈਨ, ਮਾਤਮੇ ਹੁਸੈਨ।